ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਤੇਗ ਸਿੰਘ ਅਨੰਦ, ਸਰੀ ਕੈਨੇਡਾ ਵਾਸੀ, ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਚੋਣਾਂ ਦਾ ਵਿਗਲ ਵੱਧ ਚੁੱਕਿਆ ਹੈ। ਆਉਂਦੇ 20 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੋਟ ਪਾਉਣ ਵਕਤ ਇਹ ਖਿਆਲ ਰੱਖੀਏ ਕਿ ਜਿਹੜੇ ਵੀ ਉਮੀਦਵਾਰ ਨੂੰ ਅਸੀਂ ਚੁਣਨਾ ਹੈ ਉਹ ਖਰਾ ਹੋਵੇ, ਉਹ ਇਮਾਨਦਾਰ ਹੋਵੇ, ਉਹ ਸੂਝਵਾਨ ਹੋਵੇ, ਪੜ੍ਹਿਆ ਲਿਖਿਆ ਹੋਵੇ, ਪੰਜਾਬ ਦੇ ਹਿੱਤਾਂ ਦਾ ਰਾਖਾ ਹੋਵੇ। ਰੇਤ ਮਾਫੀਆ ਔਰ ਡਰੱਗ ਮਾਫੀਆ ਔਰ ਇਸ ਤੋਂ ਇਲਾਵਾ ਜਿਹੜੇ ਹੋਰ ਸਾਡੇ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਦੇ ਹੱਲ ਕਰਨ ਵਿੱਚ ਸਹਾਈ ਹੋਵੇ। ਔਰ ਮੇਰੀ ਨਜ਼ਰ ਦੇ ਵਿੱਚ ਜਿਹੜੀ ਸਭ ਤੋਂ ਪ੍ਰੈਸਟੀ ਸੀਟ ਉਹ ਅਮਰਗੜ੍ਹ ਪੰਜਾਬ ਦੀ ਹੈ, ਜਿੱਥੋਂ ਸਾਡੇ ਬੜੇ ਹੀ ਸੂਝਵਾਨ ਪੰਥ ਦਰਦੀ ਪੰਥ ਦੇ ਇੱਕ ਸੇਵਕ ਸਿਮਰਨਜੀਤ ਸਿੰਘ ਮਾਨ ਖੜ੍ਹੇ ਨੇ। ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਕੁਰਬਾਨੀ ਨੂੰ ਸਿੱਖ ਕਦੇ ਵੀ ਭੁਲਾ ਨਹੀਂ ਸਕਦੇ। ਆਓ ਅਸੀਂ ਘੱਟੋ ਘੱਟ ਜਿਹੜੀ ਇੱਕ ਪ੍ਰੈਸਟੀ ਸੀਟ ਹੈ ਅਮਰਗੜ੍ਹ ਦੀ, ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਸ ਸੀਟ ਤੋਂ ਜਿਤਾਈਏ। ਜਿੰਨੇ ਵੀ ਦੇਸ਼ ਵਿਦੇਸ਼ਾਂ ਵਿੱਚ ਅਸੀਂ ਪੰਜਾਬੀ ਵੱਸਦੇ ਨੇ ਉਹ ਘੱਟੋ ਘੱਟ ਆਪਣੇ ਭਾਰਤ 'ਚ ਰਹਿ ਰਹੇ ਸਨੇਹੀਆਂ ਨੂੰ ਪੰਜਾਬੀਆਂ ਨੂੰ ਇਹ ਇੱਕ ਪੁਰਜ਼ੋਰ ਅਪੀਲ ਕਰਨ ਕਿ ਇਸ ਸੀਟ 'ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਾਮਯਾਬ ਕਰੀਏ। ਸਿਮਰਨਜੀਤ ਸਿੰਘ ਮਾਨ ਇੱਕ ਸਿੱਖਾਂ ਦਾ ਇੱਕ ਇਮਾਨਦਾਰ ਅਤੇ ਇੱਕ ਸਿੱਖਾਂ ਦੀ ਇੱਕ ਬੁਲੰਦ ਆਵਾਜ਼ ਹੈ ਜਿਹੜੇ ਤੁਹਾਡੇ ਮਸਲਿਆਂ ਨੂੰ ਪੰਜਾਬ ਵਿਧਾਨ ਸਭਾ 'ਚ ਪੇਸ਼ ਕਰਕੇ ਉਹ ਤੁਹਾਡੇ ਪੰਜਾਬੀਆਂ ਦੇ ਜਿਹੜੇ ਨੇ ਉਹ ਹਕੂਕ ਦੇ ਲਈ ਲੜਨ ਵਾਲਾ ਇੱਕ ਅੰਥਕ ਯੋਧਾ, ਸਾਡੀ ਜਿਹੜੀ ਵੀ ਹੈ ਭਵਿੱਖ ਦਾ ਇੱਕ ਹਿੱਸਾ, ਇੱਕ ਸੁਨਹਿਰਾ ਜਿਹੜਾ ਹੈ ਉਹ ਹਿੱਸਾ ਬਣੇਗਾ। ਆਓ ਅਸੀਂ ਉਹਨੂੰ ਵੱਧ ਤੋਂ ਵੱਧ ਵੋਟਾਂ ਨਾਲ ਪੰਜਾਬ ਭਰ 'ਚ ਜਿਤਾਈਏ। ਇਹ ਮੇਰੀ ਅਪੀਲ, ਮੈਂ ਇਕੱਲਾ ਹੀ ਨਹੀਂ, ਮੇਰੇ ਸਾਥੀ ਜਿਹੜੇ ਵੀ ਨੇ ਕੈਨੇਡਾ ਵਾਸੀ ਸਾਰੇ ਇਹਦੇ ਵਿੱਚ ਸ਼ਾਮਿਲ ਨੇ। ਅਤੇ ਮੈਂ ਇਹਨਾਂ ਸ਼ਬਦਾਂ ਨਾਲ ਤੁਹਾਨੂੰ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।